ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਪਜੀ ਸਾਹਿਬ ਦੇ ਪਾਠ ਦੀ ਪੰਕਤੀ ਹੈ ਸੋਚਾ ਸੋਚਣਾ ਹੋ ਬਈ ਜੇ ਸੋਚੀ ਲਖ ਵਾਰ ਦੋਸਤੋ ਮੈਂ ਕੁਝ ਦਿਨ ਪਹਿਲਾਂ ਵੀਡੀਓ ਦੇਖੀ ਜਿਸ ਵਿੱਚ ਉਸ ਪੰਕਤੀ ਦੀ ਵਿਆਖਿਆ ਬਿਲਕੁਲ ਗਲਤ ਕੀਤੀ ਗਈ ਸੀ ਉਸ ਵੀਡੀਓ ਨੂੰ ਮਿਲੀਅਨ ਤੱਕ ਵੀਵੂ ਵੀ ਪਹੁੰਚੇ ਹਨ ਉਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਜਿੰਨਾ ਮਰਜ਼ੀ ਸੋਚ ਲਓ ਉਹ ਸੋਚੋਂ ਨਾਲ ਕੁਝ ਨਹੀਂ ਹੋਣਾ ਜੋ ਪ੍ਰਮਾਤਮਾ ਨੇ ਲਿਖਿਆ ਹੈ ਉਹੀ ਹੋਣਾ ਹੈ ਜਦਕੀ ਇਹ ਵਿਆਖਿਆ ਬਿਲਕੁਲ ਗਲਤ ਹੈ ਇਸ ਪੰਕਤੀ ਵਿੱਚ ਸੋਚੇ ਤੋਂ ਪਾਵ ਸੋਚਣਾ ਨਹੀਂ ਹੈ ਬਲਕਿ ਸੋਚੇ ਤੋਂ ਪਾਵ ਸੁੱਚ ਰੱਖਣਾ ਹੈ ਜਿਸ ਨੂੰ ਅਸੀਂ ਸ਼ੁੱਧ ਜਾਂ ਪਵਿੱਤਰ ਵੀ ਕਹਿ ਦਿੰਨੇ ਹਾਂ ਸੋ ਦੋਸਤੋ ਇਸ ਪੰਕਤੀ ਦਾ ਅਰਥ ਹੈ ਮੈਂ ਭਵੇਂ ਲੱਖ ਵਾਰੀ ਵੀ ਇਸ਼ਨਾਨ ਅਦਕਨੋ ਸਰੀਰ ਦੀ ਸੁੱਚ ਰੱਖ ਲਵਾਂ ਤਾਂ ਵੀ ਇਸ ਤਰ੍ਹਾਂ ਸੁੱਚ ਰੱਖਣ ਨਾਲ ਮਨ ਦੀ ਸੋਚ ਨਹੀਂ ਰਹਿ ਸਕਦੀ ਕਿ ਮੈਂ ਜਿੰਨੀ ਵਾਰੀ ਮਰਜ਼ੀ ਇਸ਼ਨਾਨ ਵੀ ਕਰ ਲਵਾਂ ਆਪਣੇ ਸਰੀਰ ਦੀ ਸਫਾਈ ਕਰ ਲਵਾਂ ਸਿਰ ਨੂੰ ਜਨਾ ਮਰਜੀ ਸੋਚਾ ਰੱਖ ਲਵਾਂ ਪਰ ਤਾਂ ਵੀ ਸਾਡੀ ਜਿਹੜੀ ਮੰਨਦੀ ਹੈ ਉਹ ਸੋਚ ਨਹੀਂ ਰਹਿ ਸਕਦੀ ਸੋ ਦੋਸਤੋ ਇਸ ਪੰਕਤੀ ਦਾ ਇਹ ਅਰਥ ਹੈ ਉਹ ਅਰਥ ਬਿਲਕੁਲ ਗਲਤ ਹੈ ਸੋ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ